ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅਤੇ ਆ ਜੀ ਮੈਂ ਆਪਣਾ ਬਲੌਗ ਸ਼ੁਰੂ ਕੀਤਾ ਰਾਤ ਦਾ ਵੀਰਵਾਰ ਰਾਤ ਨੂੰ ਅਤੇ ਕਾਫੀ ਬੱਦਲ ਬੁੱਦਲ ਹੋਏ ਪਏ ਨੇ ਬਹੁਤ ਜ਼ਿਆਦਾ ਜਿਵੇਂ ਧੁੰਦ ਜੀ ਨਹੀਂ ਚੜ੍ਹੀ ਹੁੰਦੀ ਹੈ ਧੂਲ ਜੀ ਚੜ੍ਹੀ ਹੁੰਦੀ ਹੈ ਇੱਦਾਂ ਹੋਏ ਪਏ ਨੇ ਬੱਦਲ ਗਰਮੀ ਕਾਫੀ ਹੋਈ ਪਈ ਹੈ ਮੀਂਹ ਨਹੀਂ ਪੈ ਰਿਹਾ ਹੈਗਾ ਅਤੇ ਬਹੁਤ ਹੀ ਹੁੰਮਸ ਜੀ ਹੋਈ ਪਈ ਹੈ ਅਤੇ ਇੱਧਰ ਨਾ ਆਪਾਂ ਆਪਣੇ ਬਾਹਰੋਂ ਸਫਾਈ ਕਰਾਈ ਸੀਗੀ ਘਾਹ ਵਗੈਰਾ ਕਾਫੀ ਖੜਾ ਸੀਗਾ ਅਤੇ ਉਹ ਸਾਰਾ ਪੱਟਿਆ ਪੁੱਟਿਆ ਅਤੇ ਪੱਟਣ ਤੋਂ ਬਾਅਦ ਜੀ ਉਹ ਨਾ ਫਿਰ ਸਾਰੇ ਘਾਹ ਨੂੰ ਅੱਗ ਲਾਤੀ ਹੈ ਅਤੇ ਆ ਵੇਖੋ ਅੱਗ ਕਰਕੇ ਕਾਫੀ ਗਰਮੀ ਜ਼ਿਆਦਾ ਹੋਈ ਪਈ ਹੈ ਹੋਰ ਜ਼ਿਆਦਾ ਲੱਗਣ ਲੱਗ ਗਈ ਸੀ ਅੱਗ ਦੀ ਤਪਸ਼ ਨਾਲ ਗਰਮੀ ਅਤੇ ਵੈਸੇ ਬਹੁਤ ਜ਼ਿਆਦਾ ਗਰਮੀ ਹੋਈ ਪਈ ਰਾਤ ਦਾ ਟਾਈਮ ਹੈ ਪਹਿਲਾਂ ਅੱਗ ਬੰਦ ਹੋ ਗਈ ਸੀ ਧੂੰਆਂ ਜਿਹਾ ਨਿਕਲਣ ਲੱਗ ਗਿਆ ਅਤੇ ਆ ਵੇਖੋ ਇੱਕੋ ਦਮ ਹੀ ਨਾ ਅੱਗ ਦੀਆਂ ਲਪਟਾਂ ਜਿਹੀਆਂ ਨਿਕਲਣ ਲੱਗ ਗਈਆਂ ਘਾਹ 'ਚੋਂ ਕਾਗਜ਼ ਵਗੈਰਾ ਪਾਏ ਹੋਏ ਸੀਗੇ ਜਿੱਦਾਂ ਅਤੇ ਫਿਰ ਮੈਂ ਵੀਡੀਓ ਬਣਾਈ ਹੈ ਅਤੇ ਆ ਹਨੇਰਾ ਹੋਇਆ ਪਿਆ ਕਾਫੀ ਕੋਠੇ 'ਤੇ ਹੈਗੇ ਹਾਂ ਅਸੀਂ ਅਤੇ ਆ ਹੈਗਾ ਜੀ ਆਪਣਾ ਡੋਗੀ ਇਹਨੂੰ ਮੈਂ ਮੱਠੀਆਂ ਵਗੈਰਾ ਖਵਾਤੀਆਂ ਨੇ ਮੱਠੀਆਂ ਮੁੱਠੀਆਂ ਖਾ ਕੇ ਅਤੇ ਹੁਣ ਉਹ ਬਸ ਆਰਾਮ ਨਾਲ ਬੈਠਾ ਹੈ ਅਤੇ ਇੱਧਰ ਜੀ ਮੈਂ ਸਬਜ਼ੀ ਕੱਟਦੀ ਵੀ ਸੀਗੀ ਰਾਮ ਤੋਰੀ ਲਿਆ ਕੇ ਰੱਖੀ ਹੋਈ ਸੀਗੀ ਅਤੇ ਮੈਂ ਕਿਹਾ ਚਲੋ ਅੱਜ ਇਹ ਬਣਾ ਲੈਂਦੀ ਹਾਂ ਅਤੇ ਵਿੱਚੋਂ ਵਿੱਚੋਂ ਕਾਫੀ ਖਰਾਬ ਨਿਕਲੀ ਹੈ ਅਤੇ ਜਿੰਨੀ ਕੁ ਚਲੋ ਨਿਕਲਦੀ ਉਨੀ ਕੁ ਬਣਾ ਲਾਂਗੀ ਵੈਸੇ ਵੀ ਮੈਂ ਹੀ ਇਕੱਲੀ ਖੁਸ਼ ਹੋ ਕੇ ਖਾਂਦੀ ਹਾਂ ਜਾਂ ਯੁਵਰਾਜ ਦੇ ਪਾਪਾ ਦੋ ਜਣਿਆਂ ਵਾਸਤੇ ਬਹੁਤ ਹੋ ਜੂਗੀ ਅਤੇ ਆ ਵੇਖੋ ਇੱਧਰ ਜੀ ਮੈਂ ਸਬਜ਼ੀ ਨੂੰ ਵੀ ਤੜਕਾ ਲਾਤਾ ਹੈ ਅਤੇ ਤੋਰੀਆਂ ਨੇ ਕਾਫੀ ਜ਼ਿਆਦਾ ਪਾਣੀ ਛੱਡ ਦਿੱਤਾ ਪਾਣੀ ਤਾਂ ਬਿਲਕੁਲ ਵੀ ਨਹੀਂ ਪਾਇਆ ਮੈਂ ਤਾਂ ਵੀ ਅੱਧੀ ਕੜਾਈ ਭਰ ਗਈ ਹੈ ਪਾਣੀ ਦੀ ਦੇਖ ਲਓ ਜਿੰਨੀ ਕੁ ਤੋਰੀਆਂ ਸੀਗੀਆਂ ਅਤੇ ਫਿਰ ਮੈਂ ਗੈਸ ਦਾ ਸੇਕਾ ਤੇਜ਼ ਕਰਤਾ ਹੈ ਨਾਲ ਨਾਲ ਪਾਣੀ ਵੀ ਸੁੱਕ ਜੂਗਾ ਨਾਲ ਨਾਲ ਤੋਰੀਆਂ ਪੱਕ ਵੀ ਜਾਣਗੀਆਂ ਅਤੇ ਇੱਧਰ ਹੁਣ ਮੈਂ ਭਾਂਡੇ ਮਾਂਜ ਲਾਂਗੀ ਨਾਲ ਨਾਲ ਉੱਧਰ ਆਪਣੀ ਸਬਜ਼ੀ ਵੀ ਤਿਆਰ ਹੋ ਜੂਗੀ ਅਤੇ ਬਾਕੀ ਫਿਰ ਥੋੜ੍ਹੀ ਜਿਹੀ ਸਫਾਈ ਰਹਿੰਦੀ ਹੈ ਸਫਾਈ ਕਰਾਂਗੀ ਅਤੇ ਇੱਧਰ ਮੋਟਰ ਵੀ ਚਲਾਈ ਹੋਈ ਹੈ ਸਮਰਸੀ ਪੰਪ ਅਤੇ ਫਿਰ ਮੈਂ ਨਾਲ ਹੀ ਨਾ ਤਾਜ਼ਾ ਪਾਣੀ ਵੀ ਭਰ ਲਾਂਗੀ ਪੀਣ ਦਾ ਅਤੇ ਬਾਹਰ ਦੀ ਵੀ ਹਲੇ ਝਾੜੂ ਵਗੈਰਾ ਲਗਾ ਲਿਆ ਬਾਕੀ ਸਫਾਈ ਸਾਰੀ ਰਹਿੰਦੀ ਹੈ ਧੋ ਧੋ ਕੇ ਪੋਚਾ ਵਗੈਰਾ ਲਾਵਾਂਗੀ ਪਹਿਲਾਂ ਕਿਚਨ ਦਾ ਕੰਮ ਨਿਬੇੜ ਲੈਂਦੇ ਹਾਂ ਅਤੇ ਹੁਣ ਮੈਂ ਪਹਿਲਾਂ ਨਾ ਜੱਗ ਮਾਂਜ ਕੇ ਅਤੇ ਵਾਟਰ ਕੂਲਰਾਂ ਦੇ ਵਿੱਚ ਪਾਣੀ ਪਾ ਦਾਂਗੀ ਬਰਫ਼ ਵਗੈਰਾ ਪਾ ਲਾਂਗੀ ਅਤੇ ਬੋਤਲਾਂ ਵਗੈਰਾ ਵੀ ਭਰ ਦਾਂਗੀ ਨਾਲ ਹੀ ਫਰਿੱਜ ਦੇ ਵਿੱਚ ਲਾਉਣ ਵਾਸਤੇ ਕਿਉਂਕਿ ਮੋਟਰ ਚਲਦੀ ਪਈ ਹੈ ਅਤੇ ਤਾਜ਼ਾ ਪਾਣੀ ਭਰ ਲੈਂਦੇ ਹਾਂ ਹੁਣ ਆਪਾਂ ਫਿਰ ਅਤੇ ਉਸ ਤੋਂ ਬਾਅਦ ਫਿਰ ਆਪਾਂ ਬਾਹਰੋਂ ਸਾਰਾ ਹੁਣ ਜੀ ਧੋ ਦਾਂਗੇ ਇੱਥੋਂ ਹੁਣ ਮੈਂ ਸਾਰਾ ਪੈਪ ਲਾ ਕੇ ਨਾ ਚੰਗੀ ਤਰ੍ਹਾਂ ਸਾਰਾ ਲੋਬੀ 'ਚ ਵਿੱਚੋਂ ਧੋ ਦਾਂਗੀ ਪਹਿਲਾਂ ਸਾਰੇ ਪਾਸੇ ਪਾਣੀ ਪਾ ਲੈਂਦੀ ਹਾਂ ਪੈਪ ਨਾਲ ਫਿਰ ਵਾਈਪਰ ਨਾਲ ਚੰਗੀ ਤਰ੍ਹਾਂ ਪਾਣੀ ਕੱਢ ਦਾਂਗੀ ਅਤੇ ਉਸ ਤੋਂ ਬਾਅਦ ਫਿਰ ਆਪਾਂ ਲਾਵਾਂਗੇ ਪੋਚਾ ਕਮਰਿਆਂ 'ਚੋਂ ਵੀ ਸਾਰੇ ਅਤੇ ਕਿਚਨ ਦਾ ਆਪਣਾ ਸਾਰਾ ਕੰਮ ਨਿਬੜ ਗਿਆ ਸਬਜ਼ੀ ਵੀ ਆਪਣੀ ਬਣ ਗਈ ਹੈ ਭਾਂਡੇ ਵਗੈਰਾ ਪਾਣੀ ਵਗੈਰਾ ਸਾਰਾ ਕੁਛ ਆਪਾਂ ਭਰ ਲਿਆ ਅਤੇ ਮੌਸਮ ਬੱਦਲ ਜੇ ਤਾਂ ਰੋਜ਼ ਹੋਏ ਰਹਿੰਦੇ ਹੈ ਪਰ ਮੀਂਹ ਵਗੈਰਾ ਨਹੀਂ ਇੱਥੇ ਹਲੇ ਆ ਰਿਹਾ ਹੈਗਾ ਮਾੜੇ ਮੋਟੇ ਜੇ ਛਿੱਟੇ ਜੇ ਕਣੀਆਂ ਜੀ ਪੈ ਜਾਂਦੀਆਂ ਨੇ ਮਾੜਾ ਮੋਟਾ ਬਸ ਜਿੱਦਾਂ ਰੱਜ ਕੇ ਪੈਣਾ ਚਾਹੀਦਾ ਨਾ ਮੀਂਹ ਉਂਦਾ ਨਹੀਂ ਪੈ ਰਿਹਾ ਹੈਗਾ ਹਾਂ ਬੱਦਲ ਜੇ ਹੋਏ ਰਹਿੰਦੇ ਨੇ ਵਿੱਚ ਵਿੱਚ ਧੁੱਪ ਚੜ੍ਹ ਜਾਂਦੀ ਹੈ ਵਿੱਚ ਵਿੱਚ ਚਲੋ ਥੋੜ੍ਹਾ ਗਰਮੀ ਤੋਂ ਰਾਹਤ ਜੀ ਮਿਲਦੀ ਰਹਿੰਦੀ ਹੈ ਜਦੋਂ ਧੁੱਪ ਚੜ੍ਹਦੀ ਉਦੋਂ ਥੋੜ੍ਹੀ ਜਿਹੀ ਗਰਮੀ ਫਿਰ ਵੱਧ ਜਾਂਦੀ ਹੈ ਅਤੇ ਹੁਣ ਜੀ ਸਫਾਈ ਵਗੈਰਾ ਮੈਂ ਕਰ ਲਈ ਸੀ ਸਾਰਾ ਕੰਮ ਆਪਣਾ ਨਿਬੜ ਗਿਆ ਅਤੇ ਇੱਧਰ ਮੈਂ ਆਟਾ ਵੀ ਗੁੰਨ ਲਿਆ ਹੁਣ ਅਤੇ ਹੁਣ ਆਪਾਂ ਸਾਰਾ ਕੰਮ ਕੁੰਮ ਕਰ ਲਿਆ ਅਤੇ ਹੁਣ ਆਪਾਂ ਚਾਹ ਪੀਵਾਂਗੇ ਕੰਮ ਨਿਬੇੜ ਕੇ ਸਾਰਾ ਆ ਵੇਖੋ ਜੀ ਸਫਾਈ ਵਗੈਰਾ ਵੀ ਸਾਡੀ ਸਾਰੀ ਹੋ ਗਈ ਹੈ ਪੋਚਾ ਵਗੈਰਾ ਆਪਣਾ ਸਾਰਾ ਲੱਗ ਗਿਆ
ਅਤੇ ਬਸ ਆਟਾ ਵੀ ਹੁਣ ਮੈਂ ਗੁੰਨ ਕੇ ਫਰਿੱਜ ਦੇ ਵਿੱਚ ਰੱਖ ਦਾਂਗੀ। ਅਤੇ ਸਬਜ਼ੀ ਆਪਣੀ ਪਹਿਲਾਂ ਹੀ ਬਣ ਚੁੱਕੀ ਹੈ। ਅਤੇ ਬਸ ਫਿਰ ਚਾਹ ਪੀ ਕੇ ਆਪਾਂ ਹੁਣ 1-2 ਘੰਟੇ ਆਰਾਮ ਕਰ ਲਾਂਗੇ, ਉਸ ਤੋਂ ਬਾਅਦ ਫਿਰ ਆਪਾਂ ਦੁਪਹਿਰ ਦੀ ਰੋਟੀ ਦੀ ਤਿਆਰੀ ਕਰਾਂਗੇ। ਅਤੇ ਆਹ ਵੇਖੋ ਜੀ ਬਾਹਰ ਦਾ ਮੌਸਮ, ਉੱਦਾਂ ਤਾਂ ਹਲੇ ਵਧੀਆ ਮੌਸਮ ਹੈ ਬਾਹਰ। ਅਤੇ ਆਪਾਂ ਆਪਣੇ ਘਰ ਦੇ ਬਾਹਰੋਂ ਸਾਰੀ ਸਫਾਈ ਕਰਾਤੀ ਹੈ, ਘਾਹ ਵਗੈਰਾ ਕਾਫੀ ਖੜ੍ਹਾ ਸੀ ਨਾ, ਪੱਟਤਾ, ਬਾਕੀ ਥੋੜ੍ਹਾ ਥੋੜ੍ਹਾ ਰਹਿ ਗਿਆ, ਉਹ ਵੀ ਫਿਰ ਉਹ ਮੁੰਡਾ ਪੱਟ ਦੂਗਾ ਥੋੜ੍ਹਾ ਥੋੜ੍ਹਾ ਹੌਲੀ ਹੌਲੀ। ਅਤੇ ਹੁਣ ਜੀ ਸਾਰਿਆਂ ਨੂੰ ਮੈਂ ਰੋਟੀ ਖਵਾਤੀ ਹੈ, ਅਤੇ ਮੈਂ ਬਸ ਆਪਣੀ ਪਲੇਟ ਦੇ ਵਿੱਚ ਪਾ ਕੇ ਅਤੇ ਆਪਣੀ ਹੁਣ ਮੈਂ ਖਾ ਰਹੀ ਹਾਂ। ਅਤੇ ਜੇ ਫਰੈਂਡ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓਸ ਕਿੱਦਾਂ।